ਡਾਕਟਰ ਨਰਿੰਦਰ ਸਿੰਘ ਕਪੂਰ ਦਾ ਲੇਖ ਮੌਤ ਅਸੀਂ ਮੌਤ ਤੋਂ ਨਹੀਂ ਡਰਦੇ ਅਸੀਂ ਮਰਨ ਤੋਂ ਡਰਦੇ ਹਾਂ ਜਨਮਦਾਈ ਕੀ ਟੰਗ ਹੈ ਪਰ ਮਰਨ ਦੇ ਕਰੋੜਾਂ ਰਾਹ ਹਨ ਮੌਤ ਸਮੁੱਚੇ ਜੀਵਨ ਦਾ ਇੱਕ ਮਾਤਰ ਉਦੇਸ਼ ਹੈ ਜਿਉਂਦਿਆਂ ਦੇ ਮੁਕਾਬਲੇ ਮੌਿਆਂ ਦੀ ਗਿਣਤੀ ਬਹੁਤ ਵੱਡੀ ਹੈ ਅਸੀਂ ਬਿਮਾਰੀਆਂ ਦਾ ਇਲਾਜ ਕਰਦੇ ਹਾਂ ਪਰ ਮੌਤ ਸਾਰੀਆਂ ਬਿਮਾਰੀਆਂ ਦਾ ਇਲਾਜ ਹੁੰਦੀ ਹੈ ਮੌਤ ਸੱਚੇ ਅਰਥਾਂ ਚ ਲੋਕਤਾਂਤ੍ਰਿਕ ਸੰਕਲਪ ਤੇ ਅਨੁਭਵ ਹੈ ਜੇ ਕਿਸੇ ਇੱਕ ਖੇਤਰ 'ਚ ਅਸੀਂ ਸਾਰੇ ਬਰਾਬਰਾਂ ਤਾਂ ਉਹ ਮੌਤ ਹੈ ਮੌਤ ਨੂੰ ਸਮਝਿਆ ਜਾਂ ਸਮਝਾਇਆ ਨਹੀਂ ਜਾ ਸਕਦਾ ਤੁਹਾਡੇ ਮਰਨ ਦੀ ਖਬਰ ਦੋ ਪ੍ਰਕਾਰ ਦੇ ਵਿਅਕਤੀ ਨਹੀਂ ਮੰਨਣਗੇ ਜੋ ਤੁਹਾਨੂੰ ਨਫ਼ਰਤ ਕਰਦੇ ਹੈ ਤੇ ਜੋ ਤੁਹਾਨੂੰ ਪਿਆਰ ਕਰਦੇ ਹੈ ਮੌਤ ਕੁਦਰਤ ਵੱਲੋਂ ਮਨੁੱਖ ਨੂੰ ਸੁਨੇਹਾ ਹੈ ਕਿ ਤੇਰਾ ਕੰਮ ਮੁੱਕ ਗਿਆ ਹੈ ਪਿਆਰ ਕਰਨਾ ਮੌਤ ਨੂੰ ਜਿੱਤ ਲੈਣ ਦਾ ਅਮਲ ਪ੍ਰਤੀਤ ਹੁੰਦਾ ਹੈ। ਅੱਜਕੱਲ ਮਹਿੰਗਾਈ ਦੇ ਜ਼ਮਾਨੇ 'ਚ ਆਰਾਮ ਨਾਲ ਮਰਨਾ ਵੀ ਬਹੁਤ ਮਹਿੰਗਾ ਹੋ ਗਿਆ ਹੈ। ਜਿਹੜੇ ਦੁਖੀ ਹਨ, ਉਹਨਾਂ ਨੂੰ ਇਹ ਸੋਚ ਕੇ ਸਬਰ ਕਰਨਾ ਚਾਹੀਦਾ ਹੈ ਕਿ ਜੀਵਨ ਦੀ ਮਿਆਦ ਬੜੀ ਥੋੜੀ ਹੈ। ਮਹੱਤਵਪੂਰਨ ਗੱਲ ਇਹ ਨਹੀਂ ਕਿ ਤੁਸੀਂ ਕਿੰਨਾ ਚਿਰ ਜਿਉਂਦੇ ਹੋ, ਸਗੋਈ ਹੈ ਕਿ ਤੁਸੀਂ ਕਿੰਨੀ ਮੜਕ ਨਾਲ ਜਿਉਂਦੇ ਹੋ। ਮੜਕ ਜਾਣਖ, ਸਦਕ ਜਾਂ ਸਿਰੜ, ਆਦਰਸ਼ ਜਾਂ ਉਦੇਸ਼ ਵਾਲੇ ਵਿਅਕਤੀ ਮੌਤੋਂ ਨਹੀਂ ਡਰਦੇ ਕਿਉਂਕਿ ਅਜੇ ਹੀ ਲੋਕਾਂ 'ਚ ਲੰਮਾ ਜੀਵਨ ਜਿਉਣ ਦੀ ਤਾਂ ਭਰਪੂਰ ਜੀਵਨ ਜਿਉਣ ਦੀ ਤਾਂਘ ਹੁੰਦੀ ਹੈ। ਮੌਤ ਜੀਵਨ ਦਾ ਅੰਤ ਨਹੀਂ ਜੀਵਨ ਦਾ ਇੱਕ ਪੜਾਅ ਹੈ। ਚਰਚਿਲ ਨੇ ਕਿਹਾ ਸੀ ਮੈਂ ਰੱਬ ਨੂੰ ਮਿਲਣ ਲਈ ਤਿਆਰ ਹਾਂ। ਪਤਾ ਨਹੀਂ ਰੱਬ ਮੈਨੂੰ ਮਿਲਣ ਮਿਲਣ ਲਈ ਤਿਆਰ ਹੈ ਕਿ ਨਹੀਂ। ਨੈਪੋਲੀਅਨ ਨੇ ਕਿਹਾ ਸੀ ਕਬਰਾਂ ਨਾਲ ਲੋਕਾਂ ਨਾਲ ਭਰੀਆਂ ਪਈਆਂ ਜਿਨ੍ਹਾਂ ਬਾਰੇ ਕਿਹਾ ਜਾਂਦਾ ਸੀ ਕਿ ਸੰਸਾਰ ਉਨ੍ਹਾਂ ਬਿਨਾ ਚੱਲ ਨਹੀਂ ਸਕੇਗਾ। ਇੱਕ ਯੂਨਾਨੀ ਫਿਲਾਸਫਰ ਨੇ ਜਦੋਂ ਜਾਣ ਲਿਆ ਕਿ ਉਹਦਾ ਕੰਮ ਮੁੱਕ ਗਿਆ ਉਹਨੇ ਸਾਹ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਮੈਨੂਆ ਭਾਵੇਂ ਨੂੰ ਜਦੋਂ ਦਿਲ ਦਾ ਦੌਰਾ ਪਿਆ ਤਾਂ ਉਹਨੇ ਜਾਣ ਲਿਆ ਕਿ ਸੱਦਾ ਆ ਗਿਆ ਹੁਣ ਚੱਲਿਆ ਜਾਵੇ ਪ੍ਰਿੰਸੀਪਲ ਜੋਤ ਸਿੰਘ ਨੇ ਆਪਣੇ ਪੁੱਤਰ ਦੀ ਮੌਤ ਤੋਂ ਪ੍ਰੰਤ ਹੋਣ ਵਾਲੀ ਅਰਦਾਸ ਆਪ ਕੀਤੀ ਸੀ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਕਿਹਾ ਸੀ ਮੇਰੀ ਆਤਮਾ ਦੀ ਸ਼ਾਂਤੀ ਵਾਸਤੇ ਕੋਈ ਅਰਦਾਸ ਨਾ ਕੀਤੀ ਜਾਵੇ ਮੇਰੀ ਆਤਮਾ ਸ਼ਾਂਤ ਹੈ ਗਿਰਿਆ ਸਬਰ ਦਾ ਸਾਹਮਣੀਆਂ ਗਈਆਂ ਹਨ ਸਪਸ਼ਟ ਹੈ ਕਿ ਮਰਨ ਦੇ ਅੰਦਾਜ਼ ਨਾਲ ਸਾਡੀ ਜ਼ਿੰਦਗੀ ਦੀ ਕਿਸਮ ਪਰਖੀ ਜਾਂਦੀ ਹੈ ਜੀਵਨ ਦੀ ਸਫਲਤਾ ਦਾ ਮਾਪ ਇਹ ਹੈ ਕਿ ਅਸੀਂ ਕਿੰਨੀ ਸਫਲਤਾ ਤੇ ਸਲੀਕੇ ਨਾਲ ਮਰਦੇ ਹਾਂ ਸਮੁੱਚਾ ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸੱਚਾ ਸਿੱਖ ਮਰਦਾ ਕਿਵੇਂ ਸੰਸਾਰ ਦੇ ਸਾਰੇ ਧਰਮ ਅਸਲ ਚ ਮੌਤ ਦੀ ਸਮੱਸਿਆ ਸੰਬੰਧੀ ਹੀ ਹਨ ਸਾਰੇ ਧਰਮ ਮੌਤ ਦੀ ਚਿੰਤਾ ਡਰ ਸਹਿਮਾਦ ਨੂੰ ਘਟਾਉਣ ਜਾਂ ਕਾਬੂ ਕਰਨ ਦੇ ਯਤਨ ਹਨ ਕੋਈ ਧਰਮ ਮੌਤ ਤਾਂ ਨਹੀਂ ਟਾਲ ਸਕਿਆ ਪਰ ਪ੍ਰਮਾਤਮਾ ਦੇ ਚਰਨਾਂ 'ਚ ਥਾਂ ਦਿਵਾਉਣ ਦੇਉ ਦੇ ਉਪਰਾਲੇ ਅਸਲ 'ਚ ਮੌਤ ਨੂੰ ਭੈ ਮੁਕਤ ਬਣਾਉਣ ਦੇ ਹੀ ਯਤਨ ਹਨ ਮੌਤ ਸ਼ਬਦ ਨੂੰ ਨਿਰਾਰਥਕ ਸਿੱਧ ਕਰਨ ਵਾਸਤੇ ਅਸੀਂ ਕਿਸੇ ਦੇ ਮਰਨ ਨੂੰ ਸੁਖਵਾ ਸੁਣਾ ਗੁਜ਼ਰ ਜਾਣਾ ਚਾਲੇ ਪਾ ਦੇਣੀ ਚੜ੍ਹਾਈ ਕਰ ਜਾਣੀ ਰੱਬ ਨੂੰ ਪਿਆਰੇ ਹੋ ਜਾਣਾ ਪੂਰੇ ਹੋ ਜਾਣਾ ਅਦਤੰਗਾ ਰਾਈ ਪੇਸ਼ ਕਰਦੇ ਆਂ ਵਿਗਿਆਨ ਨੇ ਧਰਮ ਦੇ ਹੋਰ ਸੰਕਲਪਾਂ ਵਾਂਗ ਮੌਤ ਸਬੰਧੀ ਸੰਕਲਪ ਨੂੰ ਵੀ ਢਿੱਲਾ ਕੀਤਾ ਅਜੋਕੇ ਯੁੱਗ 'ਚ ਵਿਗਿਆਨਕ ਸੋਚਣ ਵਾਲੇ ਮਨੁੱਖ ਦੇ ਮੁਕਾਬਲੇ ਧਾਰਮਿਕ ਵਿਅਕਤੀ ਮੌਤ ਤੋਂ ਵਧੇਰੇ ਡਰਦਾ ਹੈ ਕਿਉਂਕਿ ਉਹਨੂੰ ਨਰਕ ਦਾ ਡਰ ਹੁੰਦਾ ਹੈ ਪਰ ਵਿਗਿਆਨਕ ਸੋਚਣ ਵਾਲਾ ਵਿਅਕਤੀ ਸਰੀਰ ਨੂੰ ਇੱਕ ਮਸ਼ੀਨ ਸਮਝਦਾ ਹੈ ਮੌਤ ਸੰਬੰਧੀ ਰਸਮਾਂ ਰਿਵਾਜਾਂ ਦਾ ਵਿਸ਼ੇਸ਼ ਮਨੋਵਿਗਿਆਨਕ ਰੋਮ ਤੇ ਮਹੱਤਵ ਹੁੰਦਾ ਹੈ। ਭੂਗੋਲਕ ਸਥਿਤੀਆਂ ਕਾਰਨ ਦੁਨੀਆ ਦੇ ਵੱਖ-ਵੱਖ ਭਾਗਾਂ 'ਚ ਮੁਰਦੇ ਨੂੰ ਸੰਭਾਲਣ ਦੇ ਵੱਖ-ਵੱਖ ਢੰਗ ਪ੍ਰਚਲਿਤ ਹਨ। ਯਹੂਦੀ, ਮੁਸਲਮਾਨ ਤੇ ਇਸਾਈਆ ਧਰਮ ਰੇਤਲੇ ਇਲਾਕਿਆਂ 'ਚ ਉਪਜੇ ਹੋਣ ਕਾਰਨ ਮੁਰਦੇ ਨੂੰ ਹੋਰ ਕੋਈ ਸਾਧਨ ਸੰਭਵ ਨਾ ਹੋਣ ਕਰਕੇ ਦਫਨਾਉਣ ਲੱਗ ਪਏ। ਮੁਰਦੇ ਨੂੰ ਬੰਨੇ ਲਾਉਣ ਅਰਥਾਤ ਅੱਖਾਂ ਤੋਂ ਪਰੇ ਕਰ ਦੇਣ ਕਾਰਨ ਵਿਛੋੜੇ ਨੂੰ ਬਰਦਾਸ਼ਤ ਕਰਨਾ ਸੌਖਾ ਹੋ ਜਾਂਦਾ ਹੈ ਅਗਦੀ ਭੇਟ ਕਰਨ ਨਾਲ ਵਿਛੜੇ ਵਿਅਕਤੀ ਨੂੰ ਪੁਲਾਉਣਾ ਸੌਖਾ ਹੋ ਜਾਂਦਾ ਹੈ ਮੌਤ ਸਮੇਂ ਸਬੰਧੀਆਂ 'ਚ ਰੋ ਕੇ ਆਪਣੇ ਮਨ ਹੌਲਾ ਕਰਨ ਅਰਥਾਤ ਮੌਤ ਨੂੰ ਸਵੀਕਾਰ ਕਰਨ ਵਾਸਤੇ ਵਿਛੜੇ ਨੂੰ ਵਿਦਾ ਕਰਨ ਦਾ ਸਾਹਸ ਉਪਜਦਾ ਹੈ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸਾਂ ਰਾਈ ਅਸੀਂ ਵਿਛੜੇ ਵਿਅਕਤੀ ਨਾਲੋਂ ਆਪਣਾ ਨਾਤਾ ਤੋੜਦੇ ਹਾਂ ਤੇ ਆਪ ਉਦਮ ਕਰਕੇ ਜ਼ਿੰਦਗੀ ਦੇ ਰਾਹ ਤੇ ਮੋੜਾਂ ਨੇ ਆਪਣੇ ਸੁਹਿਰਦ ਸੋਗ ਤੇ ਵਿਰਲਾਪ ਦੇ ਅਨੁਪਾਤ ਵਿੱਚ ਹੀ ਅਸੀਂ ਜ਼ਿੰਦਗੀ ਦੇ ਯਥਾਰਥ ਨੂੰ ਸਵੀਕਾਰ ਕਰਦੇ ਹਾਂ ਸਾਰੀ ਹਲੀਮੀ ਨਿਮਰਤਾ ਹਮਦਰਦੀ ਸਨੇਹੀ ਮੋਹਾਦ ਵਾਲੀ ਸ਼ਬਦਾਵਲੀ ਮੌਤ ਦੇ ਅਨੁਭਵ ਨਾਲ ਭਰੀ ਪਈ ਹੈ ਸਾਡੇ ਜੀਵਨ ਚ ਮੌਤ ਗੈਰ ਹਾਜ਼ਰੀ ਵਿੱਚ ਵੀ ਹਾਜ਼ਰ ਹੁੰਦੀ ਹੈ ਕੋਈ ਦਿਨ ਅਜਿਆ ਨਹੀਂ ਗੁਜ਼ਰਦਾ ਜਿਸ ਦਿਨ ਅਸੀਂ ਮੌਤ ਦਾ ਜ਼ਿਕਰ ਨਾ ਕਰੀਏ ਉਹ ਕਵੀ ਤੇ ਉਹ ਕਵਿਤਾ ਵਦੇਰੀ ਪ੍ਰਚਲਿਤ ਹੋਈ ਹੈ ਜਿਦਾ ਵਿਸ਼ਾ ਮੌਤ ਹੈ ਜਿਹੜੇ ਕਵੀ ਜਵਾਨੀ ਚ ਮਰ ਜਾਂਦੇ ਹਨ ਉਹ ਇਤਿਹਾਸਿਕ ਸ਼ਖਸੀਅਤਾਂ ਬਣ ਜਾਂਦੇ ਹਨ ਅਸੀਂ ਮੌਤ ਸਬੰਧੀ ਸੁਚੇਤ ਹੋ ਕੇ ਕੋਈ ਮਹੱਤਵਪੂਰਨ ਕੰਮ ਕਰ ਸਕਦੇ ਹਾਂ ਆਪਣੇ ਆਪ ਨੂੰ ਸਮਝਣ ਲਈ ਪਹਿਲਾ ਨੁਕਤਾ ਇਹ ਹੈ ਅਸੀਂ ਮੰਨिए ਕਿ ਅਸੀਂ ਮਰ ਜਾਣਾ ਹੈ ਸਪਸ਼ਟ ਹੈ ਜ਼ਿੰਦਗੀ ਨੂੰ ਅਰਥ ਮਿਲਦਾ ਹੀ ਮੌਤ ਤੋਂ ਹਨ ਹਰ ਇੱਕ ਵਿਅਕਤੀ ਦੀ ਮੌਤ ਸਬੰਧੀ ਸਮਝ ਵੱਖਰੀ ਵੱਖਰੀ ਹੁੰਦੀ ਹੈ ਕਈ ਤਾਂ ਮੌਤ ਨੂੰ ਸਜ਼ਾ ਸਮਝਦੇ ਹੈ ਕਈ ਇਹਨੂੰ ਸੰਪੂਰਨਤਾ ਦੇ ਅਰਥਾਂ ਚ ਲੈਂਦੇ ਹੈ ਕਈ ਇਨੇ ਅੱਕੇ ਹੋਏ ਹਨ ਕਿ ਉਹਨਾਂ ਲਈ ਮੌਤ ਇੱਕ ਮੁਕਤੀ ਹੁੰਦੀ ਹੈ। ਕਈ ਇਨੇ ਭਰੇ ਹੋਏ ਹਨ ਕਿ ਉਹਨਾਂ ਨੂੰ ਮੌਤ ਨਾਲ ਮੁਹੱਬਤ ਹੁੰਦੀ ਹੈ। ਜਿਹੜੀ ਇਕੱਲੇ ਰਹਿਣ ਤੋਂ ਡਰਦੇ ਹਨ ਉਹ ਮੌਤ ਤੋਂ ਵਧੇਰੇ ਡਰਦੇ ਹਨ। ਵੱਖ-ਵੱਖ ਉਮਰਾਂ 'ਚ ਸਾਡੀ ਮੌਤ ਸਬੰਧੀ ਸਮਝ ਵੱਖਰੀ ਹੁੰਦੀ ਹੈ। ਬੱਚਿਆਂ ਲਈ ਮੌਤ ਕਿਧਰੇ ਚਲੇ ਜਾਣ ਦੇ ਅਰਥ ਰੱਖਦੀ ਹੈ। ਜਵਾਨਾਂ ਲਈ ਮੌਤ ਅਜੇ ਬਹੁਤ ਦੂਰ ਹੈ ਤੇ ਵਿਸ਼ਵਾਸ ਵਾਲੀ ਹੁੰਦੀ ਹੈ। 40 ਸਾਲ ਦੀ ਉਮਰ 'ਚ ਅਸੀਂ ਪਹਿਲੀ ਵਾਰ ਮੌਤ ਬਾਰੇ ਗੰਭੀਰ ਹੁੰਦੇ ਹਾਂ। ਇਸ ਉਮਰ ਵਿੱਚ ਮੌਤ ਦਾ ਡਰ ਸਭ ਤੋਂ ਵਧੇਰੇ ਹੁੰਦਾ ਹੈ ਕਿਉਂਕਿ ਇਸ ਉਮਰ ਵਿੱਚ ਮਨੁੱਖ ਨੇ ਅਨੇਕਾਂ ਕੰਮਾਂ ਅਰੰਭੇ ਹੁੰਦੇ ਆ ਪਰ ਪੂਰਾ ਕੋਈ ਨਹੀਂ ਹੋਇਆ ਹੁੰਦਾ 70 ਵਰਿਆਂ ਦੇ ਨੇੜੇ ਸਾਥ ਸਬੰਧੀਆਂ ਮਿੱਤਰਾਂ ਆਂਡੀਆਂ ਗਵੰਡੀਆਂ ਅਰਥਾਤ ਆਪਣੀ ਉਮਰ ਦੀ ਵਿਅਕਤੀਆਂ ਦੀ ਇੱਕ ਇੱਕ ਕਰਕੇ ਟੁਰ ਜਾਣ ਨਾਲ ਸਾਨੂੰ ਆਪਣੀ ਮੌਤ ਵੀ ਨੇੜੇ ਪ੍ਰਤੀਤ ਹੋਣ ਲੱਗ ਪੈਂਦੀ ਹੈ ਪਰਦਾਦਾ ਦਾਦਾ ਪਿਤਾ ਆਦ ਜੀਵਤ ਹੋਣ ਦੀ ਸਥਿਤੀ ਚ ਪੁੱਤਰ ਮੌਤ ਸਬੰਧੀ ਇਸ ਕਰਕੇ ਲਾਪਰਵਾਹ ਹੁੰਦਾ ਹੈ ਕਿ ਪਹਿਲੇ ਮੇਰਾ ਪਰਦਾਦਾ ਫਿਰ ਦਾਦਾ ਫਿਰ ਪਿਤਾ ਜਾਏਗਾ ਉਸ ਤੋਂ ਬਾਅਦ ਮੇਰੀ ਵਾਰੀ ਆਏਗੀ ਵੇਖਿਆ ਗਿਆ ਕਿ ਯਤੀਮਾ ਨੂੰ ਮਾਪਿਆਂ ਵਾਲੇ ਬੱਚਿਆਂ ਦੇ ਮੁਕਾਬਲੇ ਮੌਤ ਦਾ ਡਰ ਵਧੇਰੇ ਹੁੰਦਾ ਹੈ ਪਿਉ ਮਰਨ ਤੇ ਵੱਡਾ ਪੁੱਤਰ ਕੁਝ ਦਿਨਾਂ ਚੀ ਪਿਉ ਜਿਹਾ ਇਸ ਕਰਕੇ ਲੱਗਣ ਲੱਗ ਪੈਂਦਾ ਹੈ ਕਿ ਕਿ ਉਹਦੇ ਅਚੇਤ ਮਨ 'ਚ ਵਿਚਾਰ ਹੁੰਦਾ ਹੈ ਕਿ ਹੁਣ ਮੇਰੀ ਵਾਰੀ ਹੈ ਬਿਮਾਰ ਰਹਿਣ ਵਾਲੇ ਬੰਦੇ ਜਾਂ ਫੌਜ 'ਚ ਨੌਕਰੀ ਕਰਨ ਵਾਲੇ ਵਿਅਕਤੀ ਜਾਂ ਖਤਰਨਾਕ ਧੰਦੇਾਂ 'ਚ ਲੱਗੇ ਲੋਕ ਜਾਂ ਸੰਤਾਨ ਹੀਨ ਪਤੀ ਪਤਨੀ ਮੌਤ ਸਬੰਧੀ ਵਧੇਰੇ ਸੁਚੇਤ ਹੁੰਦੇ ਹਨ ਮੌਤ ਸਬੰਧੀ ਅਸੀਂ ਜਿੰਨੇ ਵਧੇਰੇ ਦਾਰਸ਼ਨਿਕ ਹੋਵਾਂਗੇ ਉੰਨੀ ਮੌਤ ਘੱਟ ਦੁਖਦਾਈ ਹੋਏਗੀ ਇਹ ਸੁਦੇਸ਼ ਦੀਨ ਗੁਰਬਾਣੀ ਚ ਸਰੀਰ ਦੀ ਨਾਸ਼ਮਾਨਤਾ ਨੂੰ ਪਾਣੀ ਦੇ ਬੁਲਬਲੇ ਜਾਂ ਸਾਵਣ ਭਾਦੋਂ ਦੀਆਂ ਖੰਭਾਂ ਜਾਂ ਕੱਚੇ ਭਾਂਡੇ ਜਾਂ ਧੂਏਂ ਦੀ ਪਹਾੜਾਂ ਦੀਆਂ ਤਸ਼ਬੀਹਾਂ ਰਹੀਂ ਦ੍ਰਿੜ ਕਰਵਾਇਆ ਗਿਆ ਹੈ ਅੱਜ ਕੱਲ ਨਾਸਤਕ ਵਿਅਕਤੀ ਆਸਤਕਾਂ ਦੇ ਮੁਕਾਬਲੇ ਮੌਤ ਨੂੰ ਵਧੇਰੇ ਸੌਖ ਤੇ ਧੀਰਜ ਨਾਲ ਸਵੀਕਾਰ ਕਰਦੇ ਹਨ ਮਰੇ ਵਿਅਕਤੀ ਨੂੰ ਭੁੱਲਣ ਦਾ ਕਾਰਜ ਤੀਜੇ ਦਿਨ ਆਰੰਭ ਹੋ ਜਾਂਦਾ ਹੈ ਸਾਲਾਨਾ ਭੋਗ ਪਾ ਕੇ ਤੇ ਵਰਸੀਆਂ ਮਨਾ ਕੇ ਜੀਵਤ ਵਿਅਕਤੀ ਮਰੇ ਹੋਏ ਵਿਅਕਤੀ ਦਾ ਅਕਸਰ ਬਹਾਨਾ ਲਾ ਕੇ ਅਸਲ 'ਚ ਆਪਣੀ ਹੌਮੇ ਨੂੰ ਬਾਲਣ ਪਾਉਂਦੇ ਹਨ ਮੌਤ ਸਬੰਧੀ ਸਾਡੀ ਸਮਝ ਤੋਂ ਸਾਡੇ ਜੀਵਨ ਨੂੰ ਦਿਸ਼ਾ ਪ੍ਰਾਪਤ ਹੁੰਦੀ ਹੈ ਵਿਆਹ ਕਰਾਉਣਾ ਸੰਤਾਨ ਉਪਜਾਉਣਾ ਮਕਾਨ ਪਾਉਣਾ ਸਾਹਿਤ ਰਚਨਾ ਜਾਂ ਕਿਸੇ ਸੰਘਰਸ਼ ਿਰਜਣਾ ਸਾਡੇ ਆਪਣੇ ਆਪ ਨੂੰ ਅਮਰ ਕਰਨ ਦੇ ਬਹਾਨੇ ਹੁੰਦੇ ਹਨ ਮੌਤ ਦੇ ਸੰਕਲਪ ਨੂੰ ਜੇ નિਸ਼ਚਿਤਤ ਨਾਲ ਅਸੀਂ ਅਨੁਭਵ ਕਰਾਂਗੇ ਉਨੇ નિਸ਼ਚਿਤਤ ਨਾਲ ਅਸੀਂ ਜੀਵਨ ਜੀਵਾਂਗੇ ਜਿਹੜੇ ਮੌਤ ਤੋਂ ਡਰਦੇ ਹਨ ਉਹ ਜੀਵਨ ਚ ਵੀ ਨਿਕੰਮੇ ਹੁੰਦੇ ਹਨ ਮੌਤ ਤੋਂ ਗੁਲਾਮਾਂ ਨੂੰ ਡਰ ਲੱਗਦਾ ਹੈ ਤੇ ਗੁਲਾਮਾਂ ਦੀਆਂ ਅਨੇਕਾਂ ਕਿਸਮਾਂ ਹਨ ਨਿਕੰਮੇ ਤੇਨ ਲਾਇਕ ਜਿਹਨੂੰ ਜ਼ਿੰਦਗੀ ਸਮਝਦੇ ਹਨ ਉਹ ਕੇਵਲ ਸਾਹ ਲੈਣ ਦੀ ਕਿਰਿਆ ਹੁੰਦੀ ਹੈ ਜਿਸ ਉਮਰ ਵਿੱਚ ਕੋਈ ਯੋਧਾ ਮਰਦਾ ਹੈ ਉਦਿਓ ਉਮਰ ਸਾਡੀ ਯਾਦ ਵਿੱਚ ਉੱਕਰੀ ਜਾਂਦੀ ਹੈ ਗੁਰਗੋਬਿੰਦ ਸਿੰਘ ਦੇ ਜਾਂ ਸਹਬਜ਼ਾਦਿਆਂ ਦੇ ਜਾਂ ਭਗਤ ਸਿੰਘ ਦੇ ਬੁੱਢੇ ਹੋਣ ਦਾ ਸਾਨੂੰ ਕਦੇ ਚਿੱਤ ਚੇਤਾ ਵੀ ਨਹੀਂ ਆ ਸਕਦਾ ਕਿ ਉਹਦੋਂ ਤੱਕ ਜੀਵਤ ਰਹਿਣਗੇ ਜਦੋਂ ਤੱਕ ਮਨੁੱਖਤਾ ਜ਼ੁਲਮ ਤੇ ਗੁਲਾਮੀ ਤੋਂ ਆਜ਼ਾਦ ਨਹੀਂ ਹੋ ਜਾਂਦੀ ਹਰ ਪ੍ਰਕਾਰ ਦੇ ਡਰ ਦਾ ਸੋਮਾ ਮੌਤ ਹੁੰਦੀ ਹੈ ਮੌਤ ਦਾ ਡਰ ਸਾਡੇ ਅਚੇਤ ਮਨ 'ਚ ਹਰ ਸਮੇਂ ਰਹਿੰਦਾ ਹੈ ਅਸੀਂ ਹਰ ਰੋਜ਼ ਮੋਤਨ ਨਾਲ ਲੋਕਲ ਮਿੱਟੀ ਲੁਕਣ ਮੀਟੀ ਖੇਡਦੇ ਹਾਂ ਜੇ ਪੁੱਛਿਆ ਜਾਏ ਤਾਂ ਬਹੁਤ ਲੋਕ ਰਾਤ ਨੂੰ ਆਪਣੇ ਘਰ ਸੁੱਤੇ-ਸੁੱਤੇ ਮਰਨਾ ਪਸੰਦ ਕਰਨਗੇ ਕੋਈ ਨਹੀਂ ਚਾਹੁੰਦਾ ਮਰਨ ਸਮੇਂ ਕੋਈ ਉਹਦੇ ਚਿਹਰੇ ਦੀ ਕ੍ਰੂਪਤਾ ਨੂੰ ਵੇਖੇ ਕੁਝ ਕਰਨ ਦੇ ਬਿਲਾਸ਼ੀ ਇਹ ਚਾਹੁੰਦੇ ਹਨ ਕਿ ਉਹਨਾਂ ਦੀ ਮੌਤ ਨਾਟਕੀ ਢੰਗ ਜਾਂ ਨਾਟਕੀ ਸਥਿਤੀ ਵਿੱਚ ਹੋਵੇ ਕਈ ਵਿਅਕਤੀ ਆਪਣੇ ਕੰਮਾਂ 'ਚ ਨਿਰੁਝੇ ਹੁੰਦੇ ਹਨ ਕਿ ਉਹਨਾਂ ਕੋਲ ਮਰਨ ਦੀ ਵੇਹਲ ਹੀ ਨਹੀਂ ਹੁੰਦੀ ਕਿਸੇ ਹੱਦ ਤੱਕ ਇਹ ਵੀ ਸੱਚ ਹੈ ਕਿ ਕੰਮ ਕਰਨ ਵਾਲਿਆਂ ਕੋਲ ਮੌਤ ਪਹੁੰਚਦੀ ਪਹੁੰਚਦੀ ਪਛੜ ਜਾਂਦੀ ਹੈ। ਜਵਾਨ ਦੀ ਮੌਤ ਇਸ ਲਈ ਦੁਖਦਾਈ ਹੁੰਦੀ ਹੈ ਕਿਉਂਕਿ ਜਦੋਂ ਭਾਵਨਾਵਾਂ ਦੀ ਪੂੰਜੀ ਨੇ ਮੁਨਾਫਾ ਦੇਣਾ ਸ਼ੁਰੂ ਕਰਨਾ ਹੁੰਦਾ ਹੈ ਉਸ ਵੇਲੇ ਦਿਵਾਲਾ ਨਿਕਲ ਜਾਂਦੇ। ਜਵਾਨ ਦੀ ਮੌਤ ਸਿਖਰ ਦੁਪਹਿਰੇ ਸੂਰਜ ਨੂੰ ਗ੍ਰਹਿਣ ਲੱਗਣ ਵਾਂਗ ਹੁੰਦੀ ਹੈ। ਬੱਚੇ ਦੀ ਮੌਤ ਬੜੀ ਦੁਖਦਾਈ ਹੁੰਦੀ ਹੈ ਕਿਉਂਕਿ ਬਾਕੀ ਦੀ ਉਮਰ ਮਾਪੇ ਸੋਚਦੇ ਰਹਿੰਦੇ ਹਨ। ਜੇ ਉਹ ਜੰਦਾ ਹੁੰਦਾ ਤਾਂ ਉਹਨੇ ਹੁਣ ਕਾਲਜ ਪੜ੍ਹਦੇ ਹੋਣਾ ਸੀ ਜਾਂ ਹੁਣ ਉਹਦੇ ਵਿਆਹ ਦੇ ਦਿਨ ਹੋਣੇ ਸੀ। ਦੁਰਭਾਗ ਵੱਸ ਬੱਚਿਆਂ ਨੂੰ ਮਾਪੇ ਜੰਮਣ ਤੇ ਮਰਨ ਬਾਰੇ ਪ੍ਰਸ਼ਨਾਂ ਦੇ ਉੱਤਰ ਠੀਕ ਨਹੀਂ ਦਿੰਦੇ। ਜੇ ਨੇੜੇ ਦੇ ਕਿਸੇ ਸਾਖ ਸਬੰਧੀ ਦੀ ਮੌਤ ਹੋਵੇ ਤਾਂ ਬੱਚੇ ਨੂੰ ਉਸ ਬਾਰੇ ਦੱਸਣਾ ਚਾਹੀਦਾ ਹੈ। ਇਵੇਂ ਬੱਚਾ ਯਥਾਰਥ ਉਤੇ ਬਧੇ ਰੇ ਸੋਖ ਨਾਲ ਕਾਬੂ ਪਾ ਸਕੇਗਾ ਤੇ ਉਹਦੀ ਜੀਵਨ ਸਬੰਧੀ ਸਮਝ ਬੜੀ ਡੂੰਗੀ ਹੋ ਜਾਏਗੀ। ਜਨਮ ਤੇ ਮੌਤ ਸਬੰਧੀ ਠੀਕ ਨਾਂ ਦੱਸ ਕੇ ਕਈ ਮਾਪੇ ਬੱਚੇ ਦੇ ਮਾਨਸਿਕ ਵਿਕਾਸ ਨੂੰ ਕੁਰਾਹੀ ਪਾਉਂਦੇ ਹਨ ਡਰ ਉਦੋਂ ਡਰਾਉਣੇ ਬਣ ਜਾਂਦੇ ਹਨ ਜਦੋਂ ਸਾਨੂੰ ਕਿਸੇ ਚੀਜ਼ ਦੀ ਅਸਲੀਅਤ ਦਾ ਪਤਾ ਨਾ ਲੱਗੇ ਜਦੋਂ ਬੱਚੇ ਦੇ ਪ੍ਰਸ਼ਨਾਂ ਨੂੰ ਟਾਲਿਆ ਜਾਂਦਾ ਹੈ ਤਾਂ ਬੱਚੇ ਦੀ ਕਲਪਨਾ ਨਾ ਮੁਖੀ ਨਾ ਪੱਖੀ ਸੋਚ ਦੇ ਰਾਹ ਪੈ ਜਾਂਦੀ ਹੈ ਮੌਤ ਸੰਬੰਧੀ ਗਿਆਨ ਨਾਲ ਬੱਚਾ ਸੰਸਾਰ ਨੂੰ ਵਧੇਰੇ ਸਯੋਗਤਾ ਨਾਲ ਸਮਝਦਾ ਹੈ ਤੇ ਉਹ ਕਮਜ਼ੋਰ ਹੋਣ ਦੀ ਬਜਾਏ ਮਜ਼ਬੂਤ ਹੁੰਦਾ ਹੈ ਯਥਾਰਥ ਸਾਨੂੰ ਮਜ਼ਬੂਤ ਕਰਦਾ ਜਦ ਕਿ ਭੁਲੇਖੇ ਸਾਨੂੰ ਕਮਜ਼ੋਰ ਕਰਦੇ ਹੈ ਕੀ ਮਰ ਰਹੇ ਵਿਅਕਤੀ ਨੂੰ ਦੱਸਿਆ ਜਾਏ ਕਿ ਉਹ ਮਰ ਰਿਹਾ ਹੈ ਜੇ ਬਚਨ ਦੀ ਇੱਕ ਕਿਰਨ ਵੀ ਹੋਵੇ ਤਾਂ ਮਰੀਜ਼ ਨੂੰ ਬਚਾਉਣ ਦਾ ਯਤਨ ਕਰਨਾ ਚਾਹੀਦਾ ਹੈ ਜੇ ਕੋਈ ਆਸ ਨਹੀਂ ਤਾਂ ਮਰੀਜ਼ ਦੇ ਮਰਨ ਲਈ ਸਤਕਾਰ ਭਰੇ ਸਾਧਨਾਂ ਦਾ ਪ੍ਰਬੰਧ ਕਰਨਾ ਚਾਹੀਦਾ ਸਾਡੀ ਮੌਤ ਜਾਂ ਮਰਨ ਸਮੇ ਸਾਡੀ ਸਥਿਤੀ ਇਸ ਗੱਲ ਦਾ ਪ੍ਰਮਾਣ ਹੁੰਦੀ ਹੈ ਕਿ ਅਸੀਂ ਜ਼ਿੰਦਗੀ ਕਿਵੇਂ guzारी ਬਹੁਤ ਸਾਰੇ ਸੁੱਲਜੇ ਹੋਏ ਮਰੀਜ਼ ਦੱਸੇ ਜਾਣ ਉਤੇ ਆਪਣੇ ਆਪ ਨੂੰ ਬੜੇ ਸਬਰ ਨਾਲ ਸੰਭ ਲੈਂਦੇ ਹਨ ਡਾਕਟਰ ਦਾ ਮੌਤ ਸਬੰਧੀ ਆਪਣਾ ਸੰਕਲਪ ਮਰੀਜ਼ਾਂ ਨੂੰ ਵਿਸ਼ਾਲ ਪੱਧਰ ਤੇ ਪ੍ਰਭਾਵਿਤ ਕਰਦਾ ਹੈ ਬਹੁਤ ਸਾਰੇ ਲੋਕ ਡਾਕਟਰ ਬਣਨ ਦੀ ਬਿਲਾ ਸ਼ਾਇਦ ਆਇ ਸਧਾਰ ਉਤੇ ਕਰਦੇ ਹੈ ਕਿ ਆਪਣੀ ਮੌਤ ਨੂੰ ਮੁਲਤਵੀ ਕਰ ਲੈਣਗੇ ਡਾਕਟਰ ਦੇ ਚਿਹਰੇ ਦੀ ਨਿਰਾਸ਼ਾ ਜਾਂ ਚੜਦੀ ਗੱਲਾਂ ਦੀ ਭਾਵਨਾ ਮਰੀਜ਼ ਦੀ ਸਥਿਤੀ ਚ ਸੰਕਟ ਪਜਾਉਂਦੀ ਹੈ ਜਾਂ ਸੁਧਾਰ ਲਿਆਉਂਦੀ ਹੈ ਹਰ ਮਰੀਜ਼ ਆਪਣੀ ਬਿਮਾਰੀ ਨੂੰ ਕਿਸੇ ਅਸਫਲਤਾ ਨਾਲ ਜੋੜਦਾ ਹੈ ਪਰ ਉਹ ਆਪਣੇ ਠੀਕ ਹੋਣ ਲਈ ਡਾਕਟਰ ਦੇ ਮੂੰਹ ਹਲ ਵੇਖਦਾ ਹੈ ਮੌਤ ਸੰਬੰਧੀ ਸਾਨੂੰ ਉਸਾਰੂ ਦ੍ਰਿਸ਼ਟੀकोण ਉਸਾਰਨਾ ਚਾਹੀਦਾ ਹੈ ਮੌਤ ਤੋਂ ਡਰਨ ਦੀ ਥਾਂ ਉਹਨੂੰ ਸਮਝਣ ਨਾਲ ਅਸੀਂ ਵਿਧੇਰੇ ਸਾਰਥਕ ਜੀਵਨ ਜੀ ਸਕਦੇ ਹਾਂ ਸਾਰਥਕ ਜੀਵਨ ਨੂੰ ਲੰਬਾਈ ਅਨੁਸਾਰ ਨਹੀਂ ਸਗੋ ਡੂੰਘਾਈ ਅਨੁਸਾਰ ਮਾਪਣਾ ਚਾਹੀਦਾ ਹੈ ਧੰਨਵਾਦ